ਪੰਜਾਬ ਦੇ ਵਿੱਚ ਇਨਕਮ ਟੈਕਸ ਦੇ ਵੱਲੋਂ ਵੱਡਾ ਐਕਸ਼ਨ ਲਿਆ ਜਾ ਰਿਹਾ, ਰੇਡ ਕੀਤੀਆਂ ਜਾ ਰਹੀਆਂ ਨੇ। ਕੱਲ ਤੋਂ ਸੂਬੇ ਦੇ ਵਿੱਚ ਕਈ ਥਾਵਾਂ ਤੇ ਇਨਕਮ ਟੈਕਸ ਦੀਆਂ ਰੇਡ ਚੱਲ ਰਹੀਆਂ ਨੇ। ਸ਼ਰਾਬ ਕਾਰੋਬਾਰੀਆਂ ਦੇ ਸਣੇ ਕਈ ਠੇਕੇਦਾਰਾਂ ਤੇ ਰੇਡ ਕੀਤੀ ਜਾ ਰਹੀ ਹੈ। ਆਈਟੀ ਦੀ ਰੇਡ ਚੱਲ ਰਹੀ ਹੈ ਤਾਂ ਸਰਚ ਆਪਰੇਸ਼ਨ ਦੇ ਦੌਰਾਨ ਦੱਸ ਦਈਏ ਕਿ ਕਰੋੜਾਂ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਤਾਂ ਬਟਾਲਾ ਦੇ ਵਿੱਚ ਸ਼ਰਾਬ ਕਾਰੋਬਾਰੀ ਤੇ ਕਾਂਗਰਸ ਆਗੂ ਰਜਿੰਦਰ ਕੁਮਾਰ ਪੱਪੂ ਦੇ ਘਰ ਦੀ ਰੇਡ ਜਾ ਰਹੀ ਹੈ ਤੇ ਬਟਾਲਾ ਦੇ ਮੇਅਰ ਸੁਖਦੀਪ ਸਿੰਘ ਤੇਜਾ ਦੇ ਘਰ ਦੀ ਰੇਡ ਚੱਲ ਰਹੀ ਹੈ। ਔਰ ਕਾਂਗਰਸ ਨੇ ਇਨਕਮ ਟੈਕਸ ਦੀ ਰੇਡ ਤੇ ਸਵਾਲ ਚੁੱਕੇ ਨੇ। ਤਾਂ ਚੋਣਾਂ ਦੇ ਵਿਚਾਲੇ ਜਾਣ ਬੁੱਝ ਕੇ ਕਾਂਗਰਸ ਆਗੂਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਇਹ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਤਾਂ ਸ਼ਰਾਬ ਕਾਰੋਬਾਰੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਰੇਡ ਹੋ ਰਹੀ ਹੈ ਔਰ ਕੱਲ ਤੋਂ ਹੀ ਇਹ ਰੇਡ ਚੱਲ ਰਹੀ ਹੈ। ਦੱਸ ਦਈਏ ਕਿ ਵੱਡਾ ਐਕਸ਼ਨ ਜਿਹੜਾ ਹੈ ਇਨਕਮ ਟੈਕਸ ਵਿਭਾਗ ਦਾ ਇਹ ਵੇਖਣ ਨੂੰ ਮਿਲ ਰਿਹਾ ਹੈ ਔਰ ਨਾਲ ਹੀ ਸਰਚ ਆਪਰੇਸ਼ਨ ਦੇ ਦੌਰਾਨ ਕਰੋੜਾਂ ਰੁਪਏ ਦੀ ਬਰਾਮਦਗੀ ਹੋਈ ਹੈ। ਕਰੋੜਾਂ ਰੁਪਏ ਦੀ ਨਕਦੀ ਜਿਹੜੀ ਹੈ ਉਹ ਬਰਾਮਦ ਹੋਈ ਹੈ। ਤਾਂ ਕੁੱਲ ਮਿਲਾ ਕੇ ਸਵਾਲ ਜਿਹੜੇ ਨੇ ਉਹ ਖੜੇ ਕੀਤੇ ਜਾ ਰਹੇ ਨੇ। ਕਾਂਗਰਸ ਆਗੂ ਸੁਖਜਿੰਦਰ ਰੰਧਾਵਾ ਦੇ ਵੱਲੋਂ ਸਵਾਲ ਖੜਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜਾਣ ਬੁੱਝ ਕੇ ਤੰਗ ਕੀਤਾ ਜਾ ਰਿਹਾ ਹੈ ਚੋਣਾਂ ਦੇ ਕਾਂਗਰਸ ਨੇ, ਤਾਂ ਉਹਨਾਂ ਦੇ ਘਰ ਵੀ ਰੇਡ ਚੱਲ ਰਹੀ ਹੈ ਔਰ ਬਕਾਇਦਾ ਉਸ ਨੂੰ ਲੈ ਕੇ ਜ਼ਿਆਦਾ ਸਵਾਲ ਖੜੇ ਕੀਤੇ ਗਏ ਨੇ ਸੁਖਜਿੰਦਰ ਰੰਧਾਵਾ ਦੇ। ਬੀਜੇਪੀ ਵਾਲਿਆਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਪੰਜਾਬੀ ਨਾ ਡਰੇ ਨੇ ਤੇ ਨਾ ਕਿਸੇ ਨੂੰ ਡਰਾਉਂਦੇ ਨੇ। ਸਾਡੇ ਮੇਅਰ ਦੇ ਉੱਤੇ ਇਹਨਾਂ ਨੇ ਜਿਹੜਾ ਰੇਡ ਕੀਤਾ, ਕਾਂਗਰਸ ਪਾਰਟੀ ਆਪਣੇ ਮੇਅਰ ਦੇ ਨਾਲ ਪੂਰੀ ਖੜੀ ਆ ਔਰ ਸਾਡਾ ਮੇਅਰ ਇਹੋ ਜਿਹਾ ਜਿਹਨੇ ਬਟਾਲੇ ਦੀ ਸੇਵਾ ਕੀਤੀ, ਬਟਾਲੇ ਦੀ ਨੁਹਾਰ ਬਦਲੀ ਔਰ ਇੱਥੋਂ ਤੱਕ ਕਿ ਜਿਹੜੇ ਟੈਂਡਰ ਹੋਏ ਜਿੰਨੇ ਵੀ, ਮੈਂ ਬਹੁਤ ਹੈਰਾਨ ਹੋਇਆ ਕਿ 25% ਲੈਸ ਦੇ ਟੈਂਡਰ ਹੁੰਦੇ ਰਹੇ ਨੇ, ਅਬਵ ਕੋਈ ਟੈਂਡਰ। ਤਾਂ ਇਹ ਜਿਹੜੇ ਬੁਖਲਾੜ 'ਚ ਆ ਗਏ ਨੇ, ਕੱਲ੍ਹ ਦੀ ਜਦੋਂ ਰੈਲੀ ਵੇਖੀ ਬਟਾਲੇ ਦੇ ਵਿੱਚੋਂ ਤੱਚੀਆਂ ਉਡਾ ਦਿੱਤੀਆਂ ਇਹਨਾਂ ਨੇ ਬੀਜੇਪੀ ਦੀਆਂ ਅਤੇ ਸ਼ਾਮ ਨੂੰ ਸਾਡੇ ਮੇਅਰ ਦੇ ਘਰ ਦੇ ਉੱਤੇ ਸਵੇਰੇ ਹੀ ਰੇਡ ਕਰ ਦਿੱਤਾ। ਇਹ ਨਾਦਰਸ਼ਾਹੀ ਹੁਕਮ ਇਹ ਕਦੀ ਨਹੀਂ ਚੱਲਣਗੇ। ਅਤੇ ਆਹ ਜਿਹੜੀ ED ਆ ਇਨਕਮ ਟੈਕਸ, ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਹਾਡਾ ਕੰਮ ਹੈ ਇਨਸਾਫ਼ ਕਰਨਾ, ਕਿਸੇ ਦੇ ਤੋਤੇ ਨਾ ਬਣੋ। ਇਹ ਤੋਤੇ ਬਣ ਕੇ ਆਏ ਨੇ ਔਰ ਅਸੀਂ ਨਾਲ ਖੜ੍ਹੇ ਹਾਂ, ਅਸੀਂ ਤੇਜੇ ਦੇ ਨਾਲ ਖੜ੍ਹੇ ਹਾਂ, ਤੇਜੇ ਦੇ ਚਟਾਨ ਵਾਂਗ ਖੜ੍ਹੇ ਹਾਂ, ਉਹਦੀ ਵਾਹ ਵੱਲ ਨਹੀਂ ਕੋਈ ਵੇਖ ਸਕਦਾ। ਇਹ ਅਸੀਂ ਇਸ ਕਰਕੇ ਸ਼ੰਕਰ ਆਨੰਦ ਨੇ ਮੇਰੇ ਸਹਿਯੋਗੀ ਫੋਨ ਲਾਈਨ ਤੇ। ਸ਼ੰਕਰ, ਕਿਆ ਕੁਛ ਆਪਕੇ ਪਾਸ ਜਾਣਕਾਰੀ ਪੰਜਾਬ ਮੇ ਹੋ ਰਹੀ ਇਨਕਮ ਟੈਕਸ ਕੀ ਰੇਟ ਕੋ ਲੇਕਰ? देखिए, इस वक्त में इनकम टैक्स डिपार्टमेंट के द्वारा एक बड़ी कार्रवाई को अंजाम दिया जा रहा है। पंजाब सहित कई अन्य लोकेशन पे कुल 20 से 22 लोकेशन ऐसा बताया जा रहा है जहां पर इस वक्त में सर्च ऑपरेशन की कार्रवाई को अंजाम दिया जा रहा है। और जिस तरह से सर्च ऑपरेशन की बात करें तो इस सर्च ऑपरेशन एक पूर्व मेयर, इसके साथ ही कई ऐसे जो प्राइवेट पर्सन हैं जिसमें कुछ ठेकेदार भी हैं, उनके यहाँ पर ये सर्च ऑपरेशन की कार्रवाई को अंजाम दिया जा रहा है। और इस सर्च ऑपरेशन के दौरान में कई महत्वपूर्ण जानकारियों के साथ साथ करोड़ रुपया की नकदी, ज्वेलरी, इसके साथ ही चल अचल संपत्तियों को जब्त किया गया है। और इस मामले में विस्तार से पूछताछ की जा रही है कि, और सबसे बड़ी बात है कि अभी चुनावी समय है, चुनावी वक्त में जिस तरह से करोड़ रुपया का मिलना, तो अभी इस मामले की भी आगे तफ्तीश हो रही है। क्या उन पैसों का चुनावी कनेक्शन तो नहीं है? क्या इस चुनाव के दौरान में उस पैसे का दुरुपयोग तो नहीं करना था, या उसे फंड के तौर पर कहीं बांटना या किसी को देना तो नहीं था? तो ये मामला भी अब तफ्तीश का है। इस मामले पर बाद में इनकम टैक्स के द्वारा इन्वेस्टिगेट किया जाएगा, तफ्तीश किया जाएगा
और जिस तरह से एक बड़े राजनेता का नाम भी सामने आ रहा है, लेकिन इस मामले में अभी इनकम टैक्स के द्वारा औपचारिक तौर पे कुछ भी जानकारी साझा नहीं की जा रही है, लेकिन मेरे सूत्र बताते हैं कि जिस तरह से प्राइवेट जो पर्सन्स हैं, जो ठेकेदार हैं और इसके साथ ही जो एक पूर्व मेयर का नाम आ रहा है, तो उनका उनके द्वारा जो जिस तरह से कनेक्शन ये निकल के सामने आ रहा है और जिस तरह से ये करोड़ रुपये की जब्ती हुई है, तो इस मामले में निश्चित तौर पर कह सकते हैं कि जांच एजेंसी इनकम टैक्स के द्वारा एक बड़ा खुलासा आज देर शाम तक कर सकती है। और इस मामले में औपचारिक तौर पर और पुष्टि की तमाम डिटेल्स का हम लोग इंतजार कर रहे हैं, लेकिन जिस तरह से पंजाब में चुनाव होना है, चुनाव पंजाब में चुनाव चल रहा है और उस चुनाव के दौरान में इस करोड़ रुपए की नकदी का होना और उसका मिलना अपने आप में कई तरह के सवाल खड़ा कर रहा है। और जिस तरह से अगर इस मामले में अगर बात करें तो एक राजनेता का नाम जिस तरह से सामने आ रहा है, क्योंकि उससे जुड़े हुए कई जो लोग हैं उनके खिलाफ ये कार्रवाई की गई है, तो अभी विस्तार से इस मामले में तफ्तीश का दायरा काफी आगे बढ़ने वाला है और कह सकते हैं कि इस मामले में देर शाम तक इस मामले में औपचारिक तौर पर इनकम टैक्स के द्वारा ये बताया जा सकता है कि ये पैसा किसका है, किस तरह से पैसे को इकट्ठा किया गया था और इस पैसे को करना क्या था, तो इन तमाम मामलों पर विस्तार से इन्वेस्टिगेशन किया जा सकता है और इस मामले में जल्द ही कुछ बड़े खुलासे देखने को मिल सकता है। जी बिल्कुल, बहुत बहुत शुक्रिया शंकर तमाम जानकारी के लिए। और तावी बेहद अहम है जो तो सीधे मामला पंजाब दे नाल जुड़िया हुए। नितिन लुथरा बटाला तो मेरे से होगी फोन लाइन ते ने। नितिन की कुछ जानकारी तुहाडे कोल, कल तो ये जानकारी मिल रही है कि ये रेड चल रही है बटाला दे मेयर दे घर और नाल ही कांग्रेस दे वल्लों सवाल खड़े कीते जा रहे ने, और कदों तक ये रेड जिहड़ी है चल सकती है और की कुछ बरामदगी नूं लैके जानकारी? ਗੁਰਜੋਤ ਕੱਲ ਇਹ ਸਵੇਰੇ 5 ਤੋਂ ਲੈ ਕੇ 5:30 ਦੇ ਦਰਮਿਆਨ ਇੱਕੋ ਹੀ ਟਾਈਮ ਤੇ ਕਰੀਬ ਕਰੀਬ 7 ਥਾਵਾਂ ਤੇ ਰੇਡ ਹੁੰਦੀ ਹੈ, ਜਿਸ ਵਿੱਚ ਬਟਾਲਾ ਤੋਂ ਕਾਂਗਰਸੀ ਮੇਅਰ ਸੁਖਦੀਪ ਸਿੰਘ ਤੀਜਾ, ਵੱਡੇ ਕਾਰੋਬਾਰੀ ਰਜਿੰਦਰ ਕੁਮਾਰ ਪੱਪੂ ਜਿਹੜੇ ਕਿ ਰਜਿੰਦਰਾ ਵਾਈਨਸ ਦੇ ਮਾਲਕ ਨੇ, ਉਹ ਵੀ ਕਾਂਗਰਸੀ ਲੀਡਰ ਨੇ ਔਰ ਉਹਨਾਂ ਦਾ ਬੇਟਾ ਸਰਗਰਮ ਹੈ ਬਟਾਲੇ ਦੀ ਕਾਂਗਰਸੀ ਰਾਜਨੀਤੀ ਦੇ ਵਿੱਚ। ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਰਜਿੰਦਰਾ ਵਾਈਨ ਦੇ ਜਿਹੜੇ ਮੈਨੇਜਰ ਨੇ ਜਨਰਲ ਮੈਨੇਜਰ ਗੁਰਪ੍ਰੀਤ ਸਿੰਘ ਉੱਪਲ, ਉਹਨਾਂ ਦੇ ਘਰ ਔਰ ਇਹਨਾਂ ਦੇ ਨਾਲ ਲੱਗਦੇ ਜਿੰਨੇ ਵੀ ਇਹਨਾਂ ਦੇ ਪਾਰਟਨਰਸ ਜਾਂ ਰਿਸ਼ਤੇਦਾਰ ਨੇ, ਕੁੱਲ 7 ਲੋਕਾਂ ਦੇ ਘਰ ਰੇਡ ਜਿਹੜੀ ਆ ਇਨਕਮ ਟੈਕਸ ਦੀ ਹੋਈ ਦੱਸੀ ਗਈ ਹੈ। ਇਹ 27 ਤੋਂ 28 ਘੰਟੇ ਹੋ ਗਏ ਆ ਲਗਾਤਾਰ ਰੇਡ ਜਿਹੜੀ ਆ ਚੱਲ ਰਹੀ ਹੈ, ਕਿਸੇ ਨੂੰ ਵੀ ਨਾ ਤਾਂ ਘਰ ਦੇ ਅੰਦਰ ਜਾਣ ਦਿੱਤਾ ਜਾ ਰਿਹਾ ਗੁਰਜੋਤ, ਔਰ ਨਾ ਘਰ ਦੇ ਬਾਹਰ ਆਣ ਦਿੱਤਾ ਜਾ ਰਿਹਾ। ਅੰਦਰੋਂ ਕੀ ਮਿਲਿਆ ਜਾਂ ਕੀ ਨਹੀਂ ਮਿਲਿਆ, ਕਿਸ ਤਰ੍ਹਾਂ ਦੀ ਸਰਚ ਚੱਲੀ ਆ, ਜੋ ਸਾਡੇ ਸੂਤਰ ਨੇ ਫਿਲਹਾਲ ਇਹ ਦੱਸਦੇ ਨੇ ਕਿ ਕੁੱਝ ਜਿਹਨਾਂ ਦੇ ਘਰ ਰੇਡ ਹੋਈ ਸੀ ਉਹਨਾਂ ਨੂੰ ਘਰ ਦੇ ਬਾਹਰ ਉਹ ਆਪਣੇ ਅਧਿਕਾਰੀ ਜਿਹੜੇ ਰੇਡ ਕਰਨ ਆਏ ਨੇ ਉਹ ਗੇਟ ਤੱਕ ਜ਼ਰੂਰ ਆਏ ਨੇ, ਬਾਹਰ ਦੇਖ ਦੁੱਖ ਕੇ ਔਰ ਦੁਬਾਰਾ ਅੰਦਰ ਉਹਨਾਂ ਨੂੰ ਸਵੇਰੇ ਲੈ ਗਏ ਨੇ, ਪਰ ਕਿਸੇ ਨੂੰ ਵੀ ਗੇਟ ਤੋਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ। ਇਹ ਜੋ ਰੇਡ ਆ ਲੱਗਦਾ ਹੈ ਕਿ ਅੱਜ ਸ਼ਾਮ ਤੱਕ ਜ਼ਰੂਰ ਚੱਲੇਗੀ ਔਰ ਕੀ ਮਿਲਦਾ ਹੈ ਜਾਂ ਕੀ ਨਹੀਂ ਇਹ ਤਾਂ ਅਧਿਕਾਰੀ ਜਾਂ ਫਿਰ ਜਿਹਨਾਂ ਦੇ ਘਰ ਰੇਡ ਹੋਈ ਹੈ ਉਹ ਪੁਸ਼ਟੀ ਕਰਨਗੇ ਜਦੋਂ ਰੇਡ ਖਤਮ ਹੁੰਦੀ ਹੈ। ਲੇਕਿਨ ਜੇ ਗੱਲ ਕੀਤੀ ਜਾਵੇ ਤਾਂ ਇਹ ਰੇਡ ਬੜੀ ਮਹੱਤਵਪੂਰਨ ਇਸ ਲਈ ਦੱਸੀ ਜਾ ਰਹੀ ਹੈ ਕਿਉਂਕਿ ਚੋਣਾਂ ਤੋਂ ਕੁਝ ਦਿਨ ਪਹਿਲਾਂ ਜਿਹੜੇ ਸਰਗਰਮ ਲੀਡਰ ਸਨ ਉਹਨਾਂ ਦੇ ਘਰ ਗੁਰਜੋਤ ਰੋਡ ਰੇਡ ਹੋਈ ਹੈ। ਜੀ ਗੁਰਜੋਤ, ਠੀਕ ਹੈ, ਸ਼ੁਕਰੀਆ ਬਹੁਤ ਬਹੁਤ ਨਿਤਿਨ ਤਮਾਮ ਜਾਣਕਾਰੀ ਲਈ, ਧੰਨਵਾਦ ਹੈ। ਤਾਂ 7 ਥਾਵਾਂ ਤੇ ਕੱਲ ਤੋਂ ਇਹ ਰੇਡ ਚੱਲ ਰਹੀ ਹੈ, ਕਾਫੀ ਜ਼ਿਆਦਾ ਸਮਾਂ ਹੋ ਚੁੱਕਿਆ ਹੈ। ਇਸ ਨੂੰ ਲੈ ਕੇ ਸਿਆਸਤ ਵੀ ਪੂਰੀ ਤਰ੍ਹਾਂ ਦੇ ਨਾਲ ਮੱਗੀ ਹੋਈ ਹੈ, ਕਿਉਂਕਿ ਕਾਂਗਰਸ ਇਲਜ਼ਾਮ ਲਗਾ ਰਹੀ ਹੈ ਕਿ ਜਾਣ ਬੁੱਝ ਕੇ ਚੋਣਾਂ ਦੇ ਮੱਦੇ ਨਜ਼ਰ ਅਜਿਹਾ ਹੋ ਰਿਹਾ ਹੈ, ਪਰ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਕਰੋੜਾਂ ਦੀ ਨਕਦੀ ਬਰਾਮਦ।
ਅਗਲੀ ਖਬਰ ਮਹਾਰਾਸ਼ਟਰ ਤੋਂ ਹੈ। ਮਹਾਰਾਸ਼ਟਰ ਦੇ ਨਾਸਿਕ ਦੇ ਵਿੱਚ ਆਈਟੀ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਕਾਰੋਬਾਰੀ ਦੇ ਟਿਕਾਣੇ ਤੋਂ 26 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ ਤਾਂ 90 ਕਰੋੜ ਰੁਪਏ ਦੀ ਬੇਨਾਮੀ ਜਾਇਦਾਦ ਦੇ ਦਸਤਾਵੇਜ਼ ਮਿਲੇ ਨੇ ਔਰ 30 ਘੰਟੇ ਕਾਰੋਬਾਰੀ ਦੇ ਟਿਕਾਣੇ ਤੇ ਆਈਟੀ ਦੀ ਰੇਡ ਚੱਲੀ ਹੈ ਤਾਂ 26 ਕਰੋੜ ਰੁਪਏ ਗਿਣਨ ਦੇ ਲਈ ਕਰੀਬ 14 ਘੰਟੇ ਲੱਗੇ ਨੇ। ਫਰਨੀਚਰ ਦੇ ਅੰਦਰ ਛੁਪਾ ਕੇ 1 ਕਰੋੜ ਰੁਪਏ ਰੱਖੇ ਹੋਏ ਸੀ ਤਾਂ ਇਹ ਨੋਟਾਂ ਦੇ ਜਿਹੜੇ ਬੈਗ ਨੇ ਅਸੀਂ ਵੇਖ ਪਾ ਰਹੇ ਹਾਂ ਤਾਂ ਜਿਸ ਤਰੀਕੇ ਦੇ ਨਾਲ ਰਾਸ਼ਨ ਬੈਗ ਦੇ ਵਿੱਚ ਭਰਿਆ ਜਾਂਦਾ ਹੈ ਡਿਵਾਈਡ ਕਰ ਕਰਕੇ ਉਸੇ ਤਰੀਕੇ ਦੇ ਨਾਲ ਇਹ ਨੋਟ ਜਿਹੜੇ ਨੇ ਇਸ ਬੈਗ ਦੇ ਵਿੱਚ ਜਿਹੜੇ ਨੇ ਉਹ ਰੱਖੇ ਵੀ ਹੋਏ ਸੀ ਜਿਸ ਤੋਂ ਵਿੱਚੋਂ ਕੱਢੀਆਂ ਜਾ ਰਹੀਆਂ ਨੇ ਇਹ ਗੱਡੀਆਂ ਔਰ ਗੱਡੀਆਂ ਨੋਟਾਂ ਦੀਆਂ ਜਿਸ ਦੇ ਪਹਾੜ ਤੱਕ ਲਗਾ ਦਿੱਤੇ ਜਾ ਰਹੇ ਨੇ ਕਿਉਂਕਿ ਅੰਦਾਜ਼ਾ ਲਾਇਆ ਜਾ ਸਕਦਾ ਜਦੋਂ 14 ਘੰਟੇ ਰਕਮ ਗਿਣਨ ਦੇ ਵਿੱਚ ਲੱਗੇ ਹੋਣ ਉਹ ਵੀ ਮਸ਼ੀਨ ਦੇ ਨਾਲ ਤਾਂ 26 ਕਰੋੜ ਰੁਪਏ ਗਿਣਨ ਦੇ ਲਈ ਇਹ ਕਰੀਬ 14 ਘੰਟੇ ਲੱਗੇ ਨੇ। ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਸੁਭਾਵਿਕ ਤੌਰ ਤੇ ਜਦੋਂ ਚੋਣਾਂ ਹੋ ਰਹੀਆਂ ਨੇ ਜਦੋਂ ਨਤੀਜੇ ਅਜੇ ਆਉਣੇ ਨੇ ਬਾਕੀ ਤਾਂ ਉਸ ਤੋਂ ਪਹਿਲਾਂ ਇਹ ਵੱਡੀ ਕਾਰਵਾਈ ਆਈ ਟੀ